ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਨਰਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਅੱਜ 4 ਅਗਸਤ ਰਾਤ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ ਦੇਰ ਸ਼ਾਮ ਲਗਭਗ 6 ਵਜੇ ਦੇ ਆਸ-ਪਾਸ ਤੋਂ ਲੈ ਕੇ ਅਗਲੇ ਘੰਟਿਆਂ ਦੀ ਮੌਸਮ ਦੀ ਹਲਚਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅੱਜ ਰਾਤ ਸਮੇਂ ਕੀ ਮੌਸਮ ਦੀ ਹਲਚਲ ਹੈ ਕਿਹੜੇ ਹਿੱਸਿਆਂ ਵਿੱਚ ਮੀਂਹ ਦੇ आसार ਨੇ ਸੋ ਪਹਿਲਾਂ ਗੱਲ ਕਰੀਏ 6 ਵਜੇ ਤੋਂ ਲੈ ਕੇ 11-12 ਦੀ ਰਾਤ ਤੱਕ ਦਾ ਜੋ ਮੌਸਮ ਹੈ ਇਹਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੇ ਹੋਏ ਜਿਹੜੇ ਇਲਾਕੇ ਦੇਖਣ ਨੂੰ ਮਿਲਣਗੇ ਉਹਦੇ ਵਿੱਚ ਮਾਝੇ ਦਾ ਖੇਤਰ ਮੇਨ ਤੌਰ ਤੇ ਹੋਵੇਗਾ ਜਿਦੇ ਵਿੱਚ ਅਮਰਸਰ ਗੁਰਦਾਸਪੁਰ ਅਤੇ ਪਠਾਨਕੋਟ ਦੇ ਇਲਾਕੇ ਹੋਣਗੇ ਜਿਨ੍ਹਾਂ ਦੇ ਵਿੱਚ ਦੇਰ ਸ਼ਾਮ ਦੇ ਆਸ-ਪਾਸ ਤੋਂ ਹੀ ਗਰਦ ਚਮਕ ਤੇ ਦਰਮਿਆਨੇ ਤੋਂ ਲੈ ਕੇ ਕੁਝ ਹਿੱਸਿਆਂ ਵਿੱਚ ਤੇਜ਼ ਸ਼ਰਾਟੇ ਦਰਮੀ ਦੇਖਣ ਨੂੰ ਮਿਲ ਸਕਦਾ ਖਾਸ ਤੌਰ ਤੇ ਜਿਹੜੇ ਸਰਹੱਦੀ ਇਲਾਕੇ ਹੋਣਗੇ ਇਨ੍ਹਾਂ ਜ਼ਿਲ੍ਹਿਆਂ ਦੇ ਤੇ ਤਰਨਤਾਰਨ ਸਾਹਿਬ ਦੇ ਵੀ ਕੁਝ ਹਿੱਸਿਆਂ ਵਿੱਚ ਜਿਹੀ ਹਲਕੀ ਫੁਲਕੀ ਮੌਸਮੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਫਿਲਹਾਲ 6-7 ਵਜੇ ਘਟਸਰ ਨੇ ਲਗਭਗ ਅਗਲੇ 1-2 ਘੰਟਿਆਂ ਤੋਂ ਬਾਅਦ ਤਰਨਤਾਰਨ ਸਾਹਿਬ ਦੇ ਵੀ ਇਲਾਕਿਆਂ ਵਿੱਚ ਮੌਸਮ ਦੀ ਹਲਚਲ ਦੇਖਣ ਨੂੰ ਮਿਲੇਗੀ ਤੇ ਉਸ ਤੋਂ ਬਾਅਦ ਇਹ ਬਦਲ ਦੀ ਸਿਸਟਮ ਉਹ ਥੋੜਾ ਜਿਹਾ ਹੋਰ ਆਪਣੇ ਖੇਤਰ ਨੂੰ ਵਿਦਾਏਗਾ ਜਿਹਦੇ ਚਲਦੇ ਆਉਂਦੇ 2-3 ਘੰਟਿਆਂ ਦੇ ਬਾਅਦ ਯਾਨੀ ਕਿ 8-9 ਵਜੇ ਦੇ ਆਸ-ਪਾਸ ਤੋਂ ਜਿਹੜਾ ਦਵਾਬੇ ਦੇ ਖੇਤਰ ਜਿਵੇਂ ਜਲੰਧਰ ਕਪੂਰਸਲਾ ਸਮੇਤ ਹੁਸ਼ਿਆਰਪੁਰ ਦੇ ਇਲਾਕੇ ਸੋ ਇਨ੍ਹਾਂ ਹਿੱਸਿਆਂ ਦੇ ਵਿੱਚ ਵੀ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋਣ ਦੇ आसार ਬਣੇ ਹੋਏ ਨੇ ਹਾਲਾਂਕਿ ਇਨ੍ਹਾਂ ਭਾਗਾਂ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਕੋਈ ਭਾਰੀ ਨਹੀਂ ਹੋਵੇਗਾ ਫਿਰ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕਿਣਮਣ ਹੋ ਸਕਦੀ ਹੈ ਕੁਝ ਹਿੱਸਿਆਂ ਵਿੱਚ ਤੇ ਕੁਝ ਭਾਗਾਂ ਵਿੱਚ ਦਰਮਿਆਨੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਤੇ ਬਾਕੀ ਬੱਦਲਵਾਗੇ ਜਿਹੜੀ ਹਲਕੀ ਫੁਲਕੀ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਬਣੀ ਰਹੇਗੀ ਟਟਮੀਰੂ ਵਿੱਚ ਕੁਝ ਭਾਗਾਂ ਵਿੱਚ ਥੋੜੀ ਬਹੁਤ ਕਿਣਮਣ ਹੋ ਸਕਦੀ ਹੈ ਬਾਕੀ ਅੱਧੀ ਰਾਤ ਤੱਕ ਬਾਕੀ ਹਿੱਸਿਆਂ ਦੇ ਵਿੱਚ ਬਣੇ ਮਾਝੇ ਤੇ ਦੁਆਬੇ ਤੋਂ ਇਲਾਵਾ ਮਾਲਵੇ ਦੇ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਘਟ ਨੇ ਥੋੜੀ ਬਹੁਤ ਕਿਣਮਣ ਹੋ ਸਕਦੀ ਹੈ ਪਰ ਜਿਆਦਾ ਮੀਂਹ ਦੇ ਕੋਈ ਤਕੜੇ ਸਪੈਲ ਲੱਗਣ ਦੇ ਅਸਰ ਨਹੀਂ ਹਨ ਤੇ ਉਸ ਤੋਂ ਅੱਧੀ ਰਾਤ ਤੋਂ ਬਾਅਦ ਦੀ ਗੱਲ ਕਰੀਏ ਤਾਂ ਲਗਭਗ ਫਿਰ ਆਪਾਂ ਨੂੰ ਅੱਧੀ ਰਾਤ ਤੋਂ ਬਾਅਦ ਜਿਹੜਾ ਮੱਝੇ ਤੇ ਦੁਆਬੇ ਦਾ ਖੇਤਰ ਤੇ ਨਾਲ ਲੱਗਦਾ ਜਿਹੜਾ ਕੁਝ ਮਾਲਵੇ ਦਾ ਖੇਤਰ ਆਪਣਾ ਦੱਖਣ ਪੱਛਮੀ ਹਿੱਸਾ ਮੱਧ ਪੰਜਾਬ ਦੇ ਹਿੱਸੇ ਹੋਗੇ ਜਿਵੇਂ ਲੁਧਿਆਣਾ ਬਰਨਾਲਾ ਸਮੇਤ ਮੋਗੇ ਜ਼ਿਲ੍ਹੇ ਦੇ ਹਸਪਾਗ ਹੋਗੇ ਸੋ ਇਹਨਾਂ ਭਾਗਾਂ ਦੇ ਵਿੱਚ ਵੀ ਅੱਧੀ ਰਾਤ ਤੋਂ ਬਾਅਦ ਤੜਕੇ ਸਵੇਰ ਸਮੇਂ ਦੇ ਆਸ-ਪਾਸ ਤਕੜੀ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਤੇ ਕਈ ਭਾਗਾਂ ਦੇ ਵਿੱਚ ਮੀਂਹ ਦੇ ਹਾਲਾਤ ਦਰਮਿਆਨਨੇ ਤੋਂ ਕੁਝ ਹਿੱਸਿਆਂ ਵਿੱਚ ਥੋੜੇ ਜਿਹਾ ਜ਼ਿਆਦਾ ਵੀ ਦੇਖਣ ਨੂੰ ਮਿਲ ਸਕਦੇ ਨੇ ਤੋ ਕਹਿਣ ਦਾ ਮਤਲਬ ਦੇਖੀ ਜੇਕਰ ਸੰਖੇਪ ਦੇ ਵਿੱਚ ਤਾਂ ਅੱਜ ਆਪਾਂ ਨੂੰ ਰਾਤ ਸਮੇਂ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਮਾਝੇ ਦਾ ਖੇਤਰ ਜ਼ਿਆਦਾ ਪ੍ਰਭਾਵਿਤ ਹੁੰਦਾ ਆ ਦੇਖਣ ਨੂੰ ਮਿਲ ਸਕਦਾ ਹੈ ਦੋਆਬੇ ਦੇ ਖੇਤਰਾਂ ਦੇ ਵਿੱਚ ਵੀ ਕਈ ਭਾਗਾਂ ਵਿੱਚ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਬਾਕੀ ਕੱਲ ਸਵੇਰ ਤੱਕ ਮਾਲਵੇ ਦੇ ਵੀ ਕਈ ਹਿੱਸਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੇ ਸਪੈਲ ਟਟਮੇ ਰੂਪ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਤੇ ਜਿਹੜਾ ਖਾਸ ਪੰਜਾਬ ਦਾ ਦੱਖਣੀ ਹਿੱਸਾ ਹੈ ਜਿਵੇਂ ਹਰਿਆਣਾ ਦੇ ਨੇੜੇ ਦੇ ਇਲਾਕੇ ਮਾਨਸਾ ਬਠਿੰਡਾ ਪਟਿਆਲਾ ਹੋ ਗਿਆ ਸੋ ਇਹਨਾਂ ਭਾਗਾਂ ਦੇ ਵਿੱਚ ਵੀ ਆਪਾਂ ਤੜਕੇ ਸਮੇਂ ਦੇ ਆਸ-ਪਾਸ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਟੁੱਟਵੇਂ ਰੂਪ ਦੇ ਵਿੱਚ ਤੇ ਬਾਕੀ ਜਦੋਂ ਬਣਾ ਜਿਹੜੀ ਕੱਲ ਸਵੇਰ ਦੀ ਅਪਡੇਟ ਆਉਂਦੀ ਆ ਉਹ ਕੱਲ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੁੰਨੇ ਆ ਸਦੋਂ ਤੱਕ ਲਈ ਇਜਾਜ਼ਤ ਦਿਓ ਧੰਨਵਾਦ ਜੀ